ਦਿੱਲੀ ਤੋਂ ਆਇਆ ਸਿੱਧੂ ਮੂਸੇਵਾਲੇ ਦਾ ਪੱਕਾ ਫੈਨ ਦਿਲੀ ਇੱਛਾ ਕਰਨ ਪਹੁੰਚਿਆ ਪੂਰੀ ਸਿੱਧੂ ਮੂਸੇਵਾਲਾ ਦੇ ਫੈਨ ਆ ਅਕਸਰ ਸਿੱਧੂ ਦੀ ਹਵੇਲੀ ਆਉਂਦੇ ਨੇ ਪਰ ਇਹ ਫੈਨ ਕੁਝ ਵੱਖਰਾ ਕਰਨ ਦੇ ਲਈ ਹਵੇਲੀ ਪਹੁੰਚਿਆ ਹੈ ਹੱਥ ਵਿੱਚ ਫੜੇ ਪਰਸ ਦੀ ਤਸਵੀਰ ਜਿਸ ਉੱਪਰ ਲਿਖਿਆ ਸਿੱਧੂ ਮੂਸੇਵਾਲਾ ਤੇ ਦੂਸਰੇ ਪਾਸੇ ਸਿੱਧੂ ਮੂਸੇਵਾਲਾ ਦੀ ਜੀਵਨੀ ਦੇ ਉੱਪਰ ਲਿਖੀ ਹੋਈ ਕਹਾਣੀ ਉਸ ਦੀ ਕਿਤਾਬ ਅਤੇ ਇੱਕ ਪਾਸੇ ਤਸਵੀਰ ਤੁਸੀਂ ਦੇਖ ਰਹੇ ਹੋ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜਦੋਂ ਇਸ ਪਰਸ ਨੂੰ ਲਿਆ ਤੇ ਕਿਤਾਬ ਲਈ ਤਾਂ ਪਰਿਵਾਰ ਨੂੰ ਆਸ਼ੀਰਵਾਦ ਵੀ ਦਿੱਤਾ ਸਿੱਧੂ ਮੂਸੇਵਾਲਾ ਦੇ ਇਸ ਫੈਨ ਦਾ ਕਹਿਣਾ ਹੈ ਕਿ ਜਿਸ ਸਮੇਂ ਸਿੱਧੂ ਮੂਸੇਵਾਲਾ ਦੇ ਮੌਤ ਦੀ ਖਬਰ ਸੁਣਦੇ ਆ ਤਾਂ ਉਸ ਸਮੇਂ ਘਰ ਦੇ ਵਿੱਚ ਸਹਿਮ ਦਾ ਮਾਹੌਲ ਹੋ ਜਾਂਦਾ ਤੇ ਕਈ ਦਿਨਾਂ ਤੱਕ ਖਾਣਾ ਤੱਕ ਨਹੀਂ ਖਾਂਦੇ ਪਰ ਇੱਕ दिली ਇੱਛਾ ਸੀ ਕਿ ਸਿੱਧੂ ਮੂਸੇਵਾਲਾ ਦੀ ਹਵੇਲੀ ਜਾਵਾਂਗੇ ਉਹਨਾਂ ਦੇ ਮਾਤਾ ਪਿਤਾ ਨੂੰ ਉਹ ਚੀਜ਼ਾਂ ਉਸ ਨਾਲ ਜੁੜੀਆਂ ਹੋਈਆਂ ਦੇ ਕੇ ਆਵਾਂਗੇ ਇਹ ਕਿਤਾਬ ਬਾਰੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਇੱਕ ਕਿਤਾਬ ਖਰੀਦੀ ਅਤੇ ਇੱਕ ਸਿੱਧੂ ਮੂਸੇਵਾਲੇ ਦਾ ਕਸਟਮਾਈਜ਼ ਪਰਸ ਬਣਵਾਇਆ ਜਿਸ ਉੱਪਰ ਸਿੱਧੂ ਮੂਸੇਵਾਲਾ ਲਿਖਿਆ ਇਹ ਪਿਆਰ ਤੁਸੀਂ ਦੇਖ ਸਕਦੇ ਹੋ ਸਿੱਧੂ ਦੇ ਲਈ ਸਿੱਧੂ ਦੀ ਹਵੇਲੀ ਦੇ ਬਾਹਰ ਖੜਾ ਫੈਨ ਉਡੀਕ ਕਰ ਰਿਹਾ ਸੀ ਵੀ ਕਿਸ ਸਮੇਂ ਐਂਟਰੀ ਖੁੱਲੇਗੀ ਤੇ ਇਹ ਅੰਦਰ ਜਾ ਕੇ ਪਰਿਵਾਰ ਨੂੰ ਮਿਲੇਗਾ ਸੇਦੂ ਮੁੰਸੇਵਾਲਾ ਦੇ ਪਰਿਵਾਰ ਨੂੰ ਮਿਲਣ ਦੇ ਲਈ ਦੂਰੋਂ ਦੂਰੋਂ ਫੈਨਸ ਆਉਂਦੇ ਨੇ ਆਪਣੀਆਂ ਭਾਵਨਾਵਾਂ ਲੈ ਕੇ ਆਪਣੇ ਦਿਲ ਦੇ ਬਲਬਲੇ ਲੈ ਕੇ ਇੱਥੇ ਪਹੁੰਚਦੇ ਨੇ ਤੇ ਇੱਕੋ ਹੀ ਗੱਲ ਪਰਿਵਾਰ ਨੂੰ ਕਹਿੰਦੇ ਨੇ ਕਿ ਇਨਸਾਫ ਦੀ ਲੜਾਈ ਦੇ ਵਿੱਚ ਹਰ ਦਮ ਹਰ ਪਲ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਫੈਨਸ ਉੱਥੇ ਹੀ ਇਹ ਫੈਨ ਹੈ ਜੋ ਦਿੱਲੀ ਤੋਂ ਆਇਆ ਹੈ ਇਸਦੀ दिली ਇੱਛਾ ਸੀ ਕਿ ਮਾਤਾ ਨੂੰ ਮਿਲਣਾ ਹੈ ਤਾਂ ਬਾਹਰ ਖੜੇ ਸਿਕਿਉਰਿਟੀ ਨੂੰ ਵੀ ਇਸਨੇ ਬੇਨਤੀ ਕੀਤੀ ਪਰ ਮਾਤਾ ਕਿੱਥੇ ਚਲੇ ਗਏ ਪਰ ਸਿੱਧੂ ਦੇ ਪਿਤਾ ਨੂੰ ਮਿਲ ਕੇ ਇਸ ਨੇ ਉਹ ਯਾਦਗਾਰ ਚੀਜ਼ਾਂ ਉਹਨਾਂ ਨੂੰ ਸੌਂਪ ਦਿੱਤੀਆਂ ਪੂਰਾ ਪਰਿਵਾਰ ਦਿੱਲੀ ਤੋਂ ਸਪੈਸ਼ਲ ਸਿੱਧੂ ਮੂਸੇਵਾਲਾ ਦੀ ਹਵੇਲੀ ਆਇਆ ਕਿਤਾਬ ਲੈ ਕੇ ਆਇਆ ਤੇ ਪਰਸ ਲੈ ਕੇ ਆਇਆ ਇਸ ਨੌਜਵਾਨ ਨੇ ਬਹੁਤ ਸਾਰੀਆਂ ਅਹਿਮ ਗੱਲਾਂ ਕਹੀਆਂ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਇਸ ਨੇ ਗੱਲਾਂ ਦੇ ਵਿੱਚ ਇੱਕ ਗੱਲ ਬਖੂਬੀ ਕਹੀ ਕਿ ਪੰਜਾਬੀਆਂ ਨੇ ਪੂਰੇ ਇੰਡੀਆ ਨੇ ਉਹ ਖੋਹ ਦਿੱਤਾ ਜਿਸ ਦਾ ਕਦੇ ਵੀ ਸੁਪਨਾ ਨਹੀਂ ਲਿਆ ਜਾ ਸਕਦਾ ਜਿਸ ਬਾਰੇ ਸੋਚ ਕੇ ਅੱਜ ਵੀ ਦਿਲ ਸਹਿਮ ਜਾਂਦਾ ਹੈ ਜਿਸ ਨੇ ਪੂਰੀ ਪੰਜਾਬੀਅਤ ਨੂੰ ਪੂਰੀ ਕੌਮ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਦਾ ਕੀਤਾ ਅੱਜ ਉਹੀ ਕੌਮ ਦਾ ਹੀਰਾ ਇਸ ਦੁਨੀਆ ਦੇ ਵਿੱਚ ਨਹੀਂ ਜਿਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਦੂਸਰੇ ਪਾਸੇ ਇਨਸਾਫ ਦੀ ਲੜਾਈ ਦੀ ਗੱਲ ਕੀਤੀ ਵੀ ਇਨਸਾਫ ਲਈ ਅਸੀਂ ਲੜਾਈ ਕਰਾਂਗੇ ਪਰਿਵਾਰ ਦੇ ਨਾਲ ਤੇ ਦੂਸਰੇ ਪਾਸੇ ਇਸ ਨੌਜਵਾਨ ਨੇ ਇਹ ਵੀ ਕਿਹਾ ਕਿ ਇਨਸਾਫ ਤਾਂ ਬਹੁਤ ਸਾਰੇ ਕੇਸਾਂ ਦਾ ਰਹਿੰਦਾ ਹੈ ਇਹ ਤਾਂ ਸਿੱਧੂ ਮੂਸੇਵਾਲੇ ਦਾ ਕੇਸ ਹੈ ਸਰਕਾਰਾਂ ਮਿਲ ਕਿ ਇਹ ਸਭ ਕੁਝ ਕਰਵਾਉਂਦੀਆਂ ਨੇ ਤੇ ਬਾਅਦ ਚ ਇਨਸਾਫ ਨਹੀਂ ਦਿੰਦੀਆਂ ਹੱਥ ਵਿੱਚ ਕਿਤਾਬ ਐ ਤੇ ਸਿੱਧੂ ਮੂਸੇਵਾਲਾ ਦੇ ਨਾਮ ਵਾਲਾ ਪਰਸ ਐ ਬਹੁਤ ਜ਼ਿਆਦਾ ਭਾਵਕ ਹੋ ਗਿਆ ਸੀ ਇਹ ਸ਼ਖਸ ਜਦੋਂ ਇਸਨੇ ਹਵੇਲੀ ਨੂੰ ਦੇਖਿਆ ਅੰਦਰ ਜਾ ਕੇ ਥਾਰ ਨੂੰ ਦੇਖਿਆ ਤਾਂ ਬਹੁਤ ਜ਼ਿਆਦਾ ਭਾਵਕ ਹੋਇਆ ਤੇ ਹੋਰ ਕੀ ਕੁਝ ਕਿਹਾ ਇਸ ਨੌਜਵਾਨ ਨੇ ਇਸ ਪਰਿਵਾਰ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਸਿਮਰਨਜੀਤ ਸਿੰਘ ਜੀ ਸਿਮਰਜੀਤ ਜੀ ਕਿੱਥੋਂ ਆਏ ਹੋ ਮੈਂ ਦਿੱਲੀ ਤੋਂ ਆਇਆ ਹਾਂ ਸਰ ਸਪੈਸ਼ਲ ਆਇਆ ਹਾਂ ਜੀ ਸਪੈਸ਼ਲ ਆਇਆ ਇਹ ਕਿਤਾਬ ਇੰਟਰਨੈਟ ਤੇ ਦੇਖੀ ਸੀ ਕਾਫੀ ਜ਼ਿਆਦਾ ਟ੍ਰੈਂਡਿੰਗ ਚੱਲ ਰਹੀ ਸੀਗੀ ਤੇ ਪੜਨ ਤੋਂ ਬਾਅਦ ਮਨ ਕੀਤਾ ਕਿ ਭਈ ਮੈਂ ਪਹਿਲੇ ਵੀ ਇੱਧਰ ਆਇਆ ਬਾਪੂ ਜੀ ਨੂੰ ਮਿਲ ਕੇ ਗਿਆ ਹੋਇਆ ਤੇ ਉਸ ਤੋਂ ਬਾਅਦ ਜਦੋਂ ਇਹ ਕਿਤਾਬ ਪੜੀ ਤੇ ਮੇਰਾ ਮਨ ਕੀਤਾ ਕਿ ਭਈ ਮੈਂ ਇਹਨਾਂ ਦੇ ਇੱਕ ਵਾਰੀ ਸਾਈਨ ਕਰਾ ਕੇ ਆਪਣੇ ਕੋਲ ਯਾਦਗਾਰੀ ਰਸਤੇ ਰੱਖਣਾ ਚਾਹਨਾ ਤੇ ਨਾਲੇ ਇਹ ਮੈਂ ਇੱਕ ਛੋਟਾ ਜਿਹਾ ਪਰਸ ਬਣਵਾਇਆ ਸੀ ਕਸਟਮਾਈਜ਼ ਜਿੱਥੇ ਨਾਮ ਲਿਖਿਆ ਹੈ ਸਿੱਧੂ ਵਿਸੇ ਵਾਲੇ ਦਾ ਤੇ ਮੈਂ ਇਹਨਾਂ ਨੂੰ ਛੋਟੀ ਜੀ ਮੈਂ ਆਪਣੀ ਤਰਫੋਂ ਇਹ ਗਿਫਟ ਦੇਣਾ ਚਾਹਨਾ ਇਹ ਡਿਜ਼ਾਇਰ ਸੀ ਇੱਥੇ ਆਉਣ ਦੀ ਅੱਜ ਸ बस यही ਸੀਗਾ ਕਿ ਭਾਈ ਆਪਣਾ ਪੰਜਾਬੀ ਸੱਭਿਆਚਾਰ ਨਾਲ ਪੰਜਾਬ ਦੇ ਨਾਲ ਤੇ ਪੰਜਾਬੀ ਬੋਲੀ ਦੇ ਨਾਲ ਸਭ ਨੂੰ ਜੋੜ ਕੇ ਰੱਖਦਾ ਸੀਗਾ ਤੇ ਉਸ ਨੌਨਤ ਜਾਣ ਤੋਂ ਬਾਅਦ ਕਾਫੀ ਗਾਣੇ ਸੁਨੇ ਜੋ ਕਿ ਸਮਝ ਆਏ ਮਤਲਬ ਸਮਝ ਆਇਆ ਤੇ ਫਿਰ ਵਿਚਾਰ ਕੀਤਾ ਕਿ ਪਰਿਵਾਰ ਨਾ ਲਾਵਾਂ ਬੱਚੇ ਨਾ ਲਾਵਾਂ ਕਿਵੇਂ ਦੇਖਦੇ ਹਾਂ ਜਿਹੜੇ ਪੰਜਾਬ ਦੇ ਹਾਲਾਤ ਹੋਏ ਨੇ ਇਸ ਤਰੀਕੇ ਨਾਲ ਕਤਲ ਕੀਤਾ ਗਿਆ ਵਿੱਚ ਇਸ ਦੇ ਬਾਰੇ ਤੇ ਖੈਰੀ ਡਿਬੇਟੇਬਲ ਮੁੱਦਾ ਪਰ ਬਹੁਤ ਮਾੜੀ ਗੱਲ ਹੈ ਕਿ ਇੱਕ ਸਾਡੇ ਕੌਮ ਵਾਸਤੇ ਸਾਡੇ ਸੱਭਿਆਚਾਰ ਵਾਸਤੇ ਸਾਡੀ ਸੰਸਕ੍ਰਿਤੀ ਵਾਸਤੇ ਕਈ ਅਸੀਂ ਬਹੁਤ ਕੁਝ ਬਹੁਤ ਵੱਡੀ ਚੀਜ਼ ਗਵਾ ਬੈਠੇ ਆ ਜਾਈਓ ਜਸਟਿਸ ਲਈ ਕੀ ਕਰਨਾ ਜਸਟਿਸ ਬਾਈ ਜੀ ਸਭ ਨੂੰ ਪਤਾ ਹੈ 84 ਰਾਣੀ ਹੋਇਆ ਤੇ ਬਾਈ ਦਾ ਕਿਉਂ ਹੋਣਾ ਬਸ ਇਹ ਯਾਦਾਂ ਰਹਿ ਗਈਆਂ ਜਸਟਿਸ ਤੇ ਖੈਰ ਆਲਵੇਸ ਅਸੀਂ ਨਾਲ ਹੀ ਰਹੇ ਆ ਤੇ